ਦੇਸ਼ ਵਿਦੇਸ਼ ਵਿੱਚ ਬੈਠੀਆਂ ਪ੍ਰੋਗਰਾਮ ਏਕ ਨੂਰ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਜੀ ਆਇਆਂ ਨੂੰ ਆਪ ਸਭ ਸੰਗਤਾਂ ਦਾ ਇਸ ਖਾਸ ਪ੍ਰੋਗਰਾਮ ਸਵਾਗਤ ਹੈ ਜੀ। ਸੰਗਤ ਜੀ, ਪ੍ਰੋਗਰਾਮ ਏਕ ਨੂਰ ਵਿੱਚ ਅੱਜ ਜੋ ਆਪਾਂ ਵਿਚਾਰਾਂ ਦੀ ਲੜੀ ਦੀ ਸਾਂਝ ਪਾਉਣ ਜਾ ਰਹੇ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਉਸ ਮਹਾਨ ਅੰਮ੍ਰਿਤ ਦੀ ਦਾਤ ਦੀ ਜੋ ਵਿਚਾਰ ਆਪਾਂ ਪਿਛਲੇ ਦਿਨੀ ਸ਼ੁਰੂ ਕੀਤੀ ਸੀ, ਵਿੱਚ ਕੁਝ ਹੋਰ ਦਿਨ ਜਿਨ੍ਹਾਂ ਦੀ ਵਿਚਾਰ ਸਾਂਝੀ ਕਰਨੀ ਸੀ ਉਹਨਾਂ ਦੇ ਕਰਕੇ ਕਿ ਹੁਣ ਇਹ ਵਿਚਾਰ ਆਪਾਂ ਹੋਰ ਅੱਗੇ ਉਸ ਤੋਂ ਤੋਰਨੀ ਹੈ ਕਿ ਸਤਿਗੁਰੂ ਪਾਤਸ਼ਾਹ ਦੀ ਮਹਾਨ ਅੰਮ੍ਰਿਤ ਦੀ ਦਾਤ, ਉਸ ਦੀ ਮਹਾਨਤਾ, ਉਸਦਾ ਇਤਿਹਾਸ ਅਤੇ ਉਹਦੀ ਵਿਚਾਰ ਸਾਡੇ ਨਾਲ ਗਿਆਨੀ ਜਸਵਿੰਦਰ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲੇ ਉਹ ਵਿਚਾਰਾਂ ਦੀ ਸਾਂਝ ਪਾ ਰਹੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਉਹੀ ਪਾਵਨ ਅਸਥਾਨ ਜਿੱਥੋਂ ਉਹਨਾਂ ਨੇ ਖਾਲਸਾ ਪ੍ਰਗਟ ਕੀਤਾ ਹੈ, ਉਸ ਅਸਥਾਨ ਤੋਂ ਇਹ ਸੇਵਾ ਨਿਭਾ ਰਹੇ ਨੇ ਗੁਰੂ ਸਾਹਿਬ ਦੇ ਘਰ ਦੀ। ਸੋ ਗਿਆਨੀ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ, ਫਤਿਹ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਦੀ ਦਾਤ ਦੀ ਜੋ ਵਿਚਾਰ ਆਪਾਂ ਪਿਛਲੇ ਦਿਨ ਸਾਂਝੀ ਕੀਤੀ ਸੀ ਕਿ ਐਡੀ ਅਮੋਲਕ ਦਾਤ ਕਿ ਸਤਿਗੁਰ ਸੱਚੇ ਪਾਤਸ਼ਾਹ ਨੇ ਜਿੱਥੇ ਪਹਿਲਾਂ ਬਖਸ਼ਿਸ਼ ਕੀਤੀ ਉੱਥੇ ਫਿਰ ਖੁਦ ਹੀ ਉਸਦੇ ਬਲਾਕੀ ਬਣ ਗਏ। ਆਪ ਛਕਿਆ ਅੰਮ੍ਰਿਤ। ਇਸ ਅੰਮ੍ਰਿਤ ਦੀ ਦਾਤ ਦਸਮ ਪਾਤਸ਼ਾਹ ਜੀ ਨੇ ਜੋ ਆਪ ਛਕਣਾ ਕੀਤੀ, ਇਹਦੇ ਵਿੱਚ ਜਿੰਨੇ ਵੀ ਅੰਮ੍ਰਿਤ ਛਕਣ ਤੋਂ ਪਹਿਲਾਂ ਜਿਨ੍ਹਾਂ ਦੇ ਮਨ ਵਿੱਚ ਸ਼ੰਕੇ ਆਉਂਦੇ ਨੇ ਉਹ ਸਾਰੇ ਸ਼ੰਕੇ ਨਿਵਰਤ ਹੋ ਜਾਂਦੇ ਆ ਕਿ ਗੁਰੂ ਗੋਬਿੰਦ ਰਾਏ ਗੋਬਿੰਦ ਸਿੰਘ ਬਣਨ ਵਾਸਤੇ ਜੇ ਉਹ ਆਪ ਇੰਨਾ ਮਹਾਨ, ਇੰਨਾ ਪਵਿੱਤਰ, ਇੰਨਾ ਉੱਚਾ ਸੱਚਾ ਜੀਵਨ ਕਿ ਇਹਨਾਂ ਦੀ ਸੰਗਤ ਕਰਕੇ ਹੀ ਜਿਨ੍ਹਾਂ ਨੂੰ ਖੁਦਾ ਦੇ ਦਰਸ਼ਨ ਹੋਏ, ਪੀਰ ਬੁੱਧੂ ਸ਼ਾਹ ਵਰਗਿਆਂ ਨੂੰ, ਇਹ ਸਾਰੀਆਂ ਅੰਮ੍ਰਿਤ ਛਕਣ ਤੋਂ ਪਹਿਲਾਂ ਦੀਆਂ ਘਟਨਾਵਾਂ ਨੇ। ਪਟਨਾ ਸਾਹਿਬ ਤੋਂ ਲੈ ਕੇ ਅਤੇ ਜਿੰਨੇ ਵੀ ਸਮਾਂ ਬਤੀਤ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਦਸਮ ਪਾਤਸ਼ਾਹ ਜੀ ਕਿਸੇ ਪਾਸੋਂ ਘੱਟ ਨੇ। ਭਾਵੇਂ ਉਹ 5 ਸਾਲ ਦੇ ਨੇ, ਭਾਵੇਂ ਅਜੇ ਜਨਮ ਹੀ ਲੈ ਰਹੇ ਨੇ, ਭਾਵੇਂ ਉਹ 15 ਸਾਲ ਦੇ ਨੇ, ਜਾਂ ਉਹ 9 ਸਾਲ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ, ਹਰ ਸਮੇਂ ਵਿੱਚ ਸਤਿਗੁਰ ਪਾਤਸ਼ਾਹ ਜੀ ਪੂਰਨ ਨੇ, ਘੱਟ ਨਹੀਂ। ਲੇਕਿਨ ਦਸਮ ਪਾਤਸ਼ਾਹ ਜੀ ਸਾਨੂੰ ਪੂਰਨੇ ਪਾ ਰਹੇ ਨੇ। ਕੋਈ ਇਹ ਨਾ ਆਖੇ ਕਿ ਮੇਰਾ ਮਨ ਸਾਫ ਆ, ਜਾਂ ਮੇਰੀ ਬੜੀ ਸੇਵਾ ਵਾ, ਜਾਂ ਮੈਨੂੰ ਜਿਹੜਾ ਹੈ ਮੈਂ ਫਲਾਣੇ ਮਹਾਂਪੁਰਸ਼ਾਂ ਦੇ ਫਲਾਣਾ ਜਿਹੜਾ ਹੈ ਇਹ ਉੱਚੀ ਯਾਦ ਵਿੱਚੋਂ ਆ ਅਤੇ ਮੈਨੂੰ ਥੋੜ੍ਹਾ ਲੋੜ ਆ ਅੰਮ੍ਰਿਤ ਦੀ। ਇਹ ਦਸਮ ਪਾਤਸ਼ਾਹ ਜੀ ਨੇ ਆਪ ਦਾਤ ਜਿਹੜੀ ਹੈ ਛਕਣਾ ਕੀਤੀ ਹੈ, ਛਕਾਈ ਵੀ ਆ, ਅਤੇ ਆਪ ਮੇਰੇ ਸਤਿਗੁਰੂ ਜੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਨੇ। ਜਿੱਥੇ ਆਪਾਂ ਇਸ 'ਤੇ ਵਿਚਾਰ ਪਹਿਲਾਂ ਕਰ ਚੁੱਕੇ ਹਾਂ, ਸ਼ੁਰੂਆਤ ਹੋਈ ਸੀ ਕਿ ਅਬਦੁਲ ਤਰਾਨੀ ਵੀ ਉਸਨੂੰ ਵੀ ਇਹ ਦਾਤ ਮਹਾਰਾਜ ਜੀ ਦੇ ਕੋਲੋਂ ਬਖਸ਼ਿਸ਼ ਹੋਈ। ਜਿਹੜਾ ਅੰਮ੍ਰਿਤ ਛਕਣ ਤੋਂ ਬਾਅਦ ਇੱਕ ਪ੍ਰਭਾਵ ਬਣਿਆ, ਪੀਵੋ ਪੌਲ ਖੰਡੇ ਤਾਰ ਹੋਵੇ ਜਨਮ ਸਹੇਲਾ, ਭਾਈ ਗੁਰਦਾਸ ਕਵੀ ਜੋ ਹੋਏ ਨੇ ਦਸਮ ਪਾਤਸ਼ਾਹ ਜੀ ਵੇਲੇ, ਉਹਨਾਂ ਨੇ ਇਹ ਉਚਾਰਨ ਕੀਤੇ ਆ ਸ਼ਬਦ, ਹਰ ਸੱਚੇ ਤਖ਼ਤ ਰਚਾਇਆ ਸਤਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਪੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦਹੇਲਾ, ਵਾਹੋ ਵਾਹੋ ਗੋਬਿੰਦ ਸਿੰਘ
ਆਪੇ ਗੁਰ ਚੇਲਾ, ਪੀਵੋ ਪੌਲ ਖੰਡੇ ਧਾਰ, ਹੋਵੇ ਜਨਮ ਸਹੇਲਾ। ਇਹ ਇੱਕ ਲਹਿਰ ਬਣ ਗਈ ਜੀ ਦਸਮ ਪਾਤਸ਼ਾਹ ਜੀ ਦੇ ਅੰਮ੍ਰਿਤ ਖੁਦ ਛਕਣ ਨਾਲ। ਇੱਕ ਇੰਨਾ ਹੁਲਾਰਾ ਆਇਆ, ਅਤੇ ਜਿਹੜਾ ਸਤਿਗੁਰ ਨੇ ਮ੍ਰਿਤਕ ਜਵਾਲੇ ਨੇ ਮ੍ਰਿਤਕ ਜਵਾਲਨ ਹਾਰ, ਜਿੰਨੀ ਸੰਗਤ ਬੈਠੀ ਸੀ ਸਾਰੀ ਸੰਗਤ ਇਹੋ ਸੋਚਣ ਲੱਗੀ ਕਿ ਮੈਂ ਕਿਉਂ ਨਾ ਉੱਠ ਪਿਆ, ਮੈਂ ਕਿਉਂ ਨਾ ਪਹਿਲਾਂ ਉੱਠ ਪਿਆ। ਹਰ ਇੱਕ ਦੇ ਮਨ ਵਿੱਚ ਆਇਆ ਕਿ ਬਾਜਾਂ ਵਾਲਾ, ਕਲਗੀਆਂ ਵਾਲਾ ਅੱਜ ਇਹਨਾਂ ਨੂੰ ਆਪਣੀ ਗੁਲਵਕੜੀ 'ਚ ਲਈ ਖੜਾ ਹੈ, ਤੇ ਕਹਿ ਰਿਹਾ ਕਿ ਮੇਰਾ ਰੂਪ ਹੈ, ਮੇਰਾ ਰੂਪ ਹੈ, ਮੇਰੀ ਜਾਨ ਹੈ। ਇੰਨੇ ਮਹਾਰਾਜ ਨੇ ਸ਼ਬਦਾਂ ਨਾਲ ਸਟੇਜ ਦੇ ਉੱਪਰ ਉਹਨਾਂ ਨੂੰ ਸਤਿਕਾਰ ਪਿਆਰ ਦਿੱਤਾ, ਬਿਲਕੁਲ, ਕਿ ਜਕਾਰਿਆਂ ਦੇ ਰੂਪ ਵਿੱਚ ਜਿੱਥੇ ਸੰਗਤਾਂ ਆਸ਼ਾ ਸ਼ਿਕਾਰ ਉੱਠੀਆਂ, ਅਤੇ ਉੱਥੇ ਜਿਵੇਂ ਖੰਡਾਂ ਬ੍ਰਹਿਮੰਡਾਂ ਤੋਂ ਸਾਰੀਆਂ ਤਾਕਤਾਂ ਵਰਖਾ ਕਰ ਰਹੀਆਂ ਹੁਣ ਫੁੱਲਾਂ ਦੀ, ਉਹ ਇੱਕ ਸੀਨ ਐਸਾ ਸੁਹਾਵਣਾ ਵਾ, ਕਿਤੇ ਉਹਨੂੰ ਆਪਣੇ ਆਪਣੀ ਸੁਰਤੀ ਬਿਰਤੀ ਦੇ ਵਿੱਚ ਜੇ ਕਿਤੇ ਉਹਨੂੰ ਲੈ ਕੇ ਆਈਏ, ਯਾਦ ਕਰੀਏ ਕਿ ਮੇਰੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਜਿਹੜੀ ਉਹ ਰਚਨਾ ਉਹ ਖੇਡ ਕੀਤੀ ਆ ਨਾ, ਅਤੇ ਉਹ ਸਮਾਂ ਯਾਦ ਆਉਂਦਾ ਜਦੋਂ ਆਪ ਮਹਾਰਾਜ ਬੁੱਕ ਕਰਕੇ ਅੰਮ੍ਰਿਤ ਦੀ ਦਾਤ ਲਈ ਛਕਾਉਣਾ ਕੀਤਾ। ਫਿਰ ਕਹਿੰਦੇ ਨੇ ਕਿ ਇੰਨੀ ਜ਼ਿਆਦਾ ਗਿਣਤੀ ਹੋ ਗਈ ਕਿ ਸਭ ਕਹਿਣ ਕਿ ਮਹਾਰਾਜ ਸਾਨੂੰ ਵੀ, ਸਾਨੂੰ ਵੀ ਛਕਾਓ, ਸਾਨੂੰ ਵੀ ਦਾਤ ਦਿਓ, ਸਾਨੂੰ ਵੀ ਦਾਤ ਦਿਓ। ਗੱਲ ਵੈਸੇ ਗਿਆਨੀ ਜੀ ਇੱਕ ਇਹਦੇ 'ਚ ਵੱਡੀ ਹੋ ਜਾਂਦੀ ਹੈ ਨਾ, ਕਿਉਂਕਿ ਜਿਵੇਂ ਇੰਨੇ ਵੱਡੇ ਇਕੱਠ 'ਚ ਉਹ ਜਿੱਥੇ ਜਿੱਥੇ ਉਹ ਬੈਠੇ ਸੀ, ਜਿੱਥੋਂ ਜਿੱਥੋਂ ਉੱਠ ਕੇ ਆਏ, ਫਿਰ ਉਹਨਾਂ ਦੇ ਜਿਹੜੇ ਨਾਲ ਬੈਠੇ ਸੀ ਉਹ ਹੁਣੇ ਤਾਂ ਸਾਡੇ ਲਾਗੇ ਬੈਠਾ ਸੀ, ਅਤੇ ਹੁਣੇ ਗੁਰੂ ਦਾ ਪਿਆਰਾ ਬਣ ਗਿਆ ਜਾ ਕੇ, ਹੈ ਉਹ ਜਿਹੜੇ ਉਹਨਾਂ ਦੇ ਨਾਲ ਪਿੱਛੋਂ ਆਏ ਸੀ ਸੰਗਤੀ ਰੂਪ ਦੇ ਵਿੱਚ, ਕੋਈ ਲਾਹੌਰ ਤੋਂ ਆਇਆ, ਕੋਈ ਜਗਨਨਾਥਪੁਰੀ ਤੋਂ ਆਇਆ, ਕੋਈ ਬਿਦਰ ਤੋਂ ਆਇਆ, ਕੋਈ ਹਸਤਿਨਾਪੁਰ ਤੋਂ ਆਏ, ਉਹ ਫਿਰ ਹਰ ਕਿਸੇ ਦੇ, ਕਿਉਂਕਿ ਇੱਕ ਬੌਂਡਿੰਗ ਹੁੰਦੀ ਹੈ ਆਪਣੇ, ਜਦੋਂ ਵੀ ਆਪਾਂ ਸੰਗਤਾਂ ਦੇ ਵਿੱਚ ਵਿਚਰਦੇ ਹਾਂ ਜਾਂ ਉਦੋਂ ਵੀ ਸੰਗਤਾਂ ਆਉਂਦੀਆਂ ਸੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਅਸੀਂ ਬੱਝੇ ਹੁੰਦੇ ਹਾਂ, ਕੋਈ ਨਾ ਕੋਈ ਸਾਡਾ ਪਿਆਰ ਦਾ ਰਿਸ਼ਤਾ ਹੁੰਦਾ, ਅਤੇ ਉਹ ਫਿਰ ਕਈਆਂ ਦੇ ਮਨ ਨੂੰ ਹੁਲਾਰਾ ਆਉਂਦਾ। ਹੋ ਸਕਦਾ ਕਿ ਉਸੇ ਸੰਗਤ ਦੇ ਵਿੱਚ ਕੋਈ ਐਸਾ ਵੀ ਬੈਠਾ ਹੋਏ ਜਿਹਨੇ ਭਾਈ ਦਇਆ ਰਾਮ ਨੂੰ ਗੁਰੂ ਘਰ ਦੇ ਨਾਲ ਜੋੜਿਆ ਹੋਏ, ਜਾਂ ਭਾਈ ਧਰਮ ਚੰਦ ਨੂੰ ਜੋੜਿਆ ਹੈ, ਮਤਲਬ ਉਹ ਜੋੜਨ ਵਾਲਾ ਹੋ ਸਕਦਾ ਪਿੱਛੇ ਰਹਿ ਗਿਆ, ਅਤੇ ਜਿਹੜਾ ਜੁੜਿਆ ਉਹ ਅੱਗੇ ਲੰਘ ਗਿਆ। ਸੋ ਇਹ ਸਾਰੀਆਂ ਗੱਲਾਂ ਜੇ ਇਹਨਾਂ ਨੂੰ ਥੋੜ੍ਹੀ ਬਰੀਕੀ ਦੇ ਵਿੱਚ ਜਾ ਕੇ ਆਪਾਂ ਦੇਖੀਏ, ਅਤੇ ਉਸ ਵੇਲੇ ਦਾ ਮਾਹੌਲ ਜਿਹੜਾ ਹੈ, ਕਿਉਂਕਿ ਮਾਨਸਿਕਤਾ ਜਿਹੜੀ ਹੈ, ਬਦਲਾਅ ਜਿਹੜਾ ਆਉਂਦਾ ਉਹ ਮਾਨਸਿਕਤਾ ਦੇ ਵਿੱਚ ਆਉਂਦਾ। ਸੋ ਮਾਨਸਿਕਤਾ ਦੇ ਵਿੱਚ ਜਿਹੜਾ ਹੁਣ ਇੱਕ ਬਦਲਾਅ ਆ ਗਿਆ ਕਿ ਲੈ ਯਾਰ ਇਹ ਬਾਜੀ ਲੈ ਗਏ। ਫਿਰ ਜੀ ਫਿਰ ਅਸੀਂ ਵਾਪਰੀ ਖੇਡ ਕਿ ਮਹਾਰਾਜ ਜੀ ਨੇ ਪੰਜਾਂ ਨੂੰ ਸ਼ਿਕਾਤਾ ਆਪ, ਫਿਰ ਉਹਨਾਂ ਕੋਲੋਂ ਆਪ ਛਕ ਲਿਆ, ਅਤੇ ਬਾਕੀ ਅੰਮ੍ਰਿਤ ਅਭਲਾਖਿਆਂ ਦੀ ਇੰਨੀ ਲੈਣ ਲੱਗ ਗਈ, ਅਤੇ ਮਸੰਦ ਜਿਹੜੇ ਹਨ ਉਹ ਹੱਕੇ ਪੱਕੇ ਰਹਿ ਗਏ, ਜਿਨ੍ਹਾਂ ਦੇ ਮਨ 'ਚ ਘਮੰਡ ਸੀ ਕਿ ਸਾਨੂੰ ਜ਼ਿਆਦਾ ਜ਼ਿੰਮੇਵਾਰੀਆਂ ਵਾ, ਸਾਡੇ ਨਾਲ ਜ਼ਿਆਦਾ, ਮਹਾਰਾਜ ਜੀ ਨੇ ਇੰਨਾ ਕੁਝ ਮਹਾਰਾਜ ਨੇ ਸੌਂਪਿਆ ਸਾਨੂੰ, ਅਤੇ ਇਹ ਨੀਵੀਂ ਜਾਤਾਂ ਵਾਲਿਆਂ ਨੂੰ ਹੀ ਉੱਚੇ ਹਾਂ। ਅੱਜ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਤਿਗੁਰ ਪਾਤਸ਼ਾਹ ਗੁਰੂ ਨਾਨਕ ਘਰ 'ਤੇ ਸਦਾ ਹੀ ਗਰੀਬ ਨਿਵਾਜ ਆ, ਅਤੇ ਅੱਜ ਇਹਨਾਂ ਨੂੰ ਮਹਾਰਾਜ ਨੇ ਨਵਾਜਿਆ ਵਾ, ਆਪਣੇ ਸਨਮੁਖ ਬਿਠਾਇਆ ਵਾ, ਅਤੇ ਉਹਨਾਂ ਦੇ ਚਿਹਰਿਆਂ 'ਤੇ ਇੰਨਾ ਨੂਰ ਆ ਉਹਨਾਂ ਪੰਜਾਂ 'ਤੇ ਬਾਣੇ ਬਾਣੀ ਵਿੱਚ, ਅਤੇ ਜਿਹੜੇ ਮਰ ਕੇ ਜੀਏ ਨੇ, ਮਰਜੀਵੜੇ ਬਣੇ ਹਨ, ਜਿਨ੍ਹਾਂ ਨੇ ਸੀਸ ਦੇ ਕੇ ਮਾਲਕ ਦੇ ਕੋਲੋਂ ਇਹ ਪਿਆਰੇ ਸ਼ਬਦ ਦੀਆਂ ਪਦਵੀਆਂ ਲਈਆਂ ਨੇ, ਅਤੇ ਮੇਰੇ ਸਤਿਗੁਰੂ ਗਰੀਬ ਨਿਵਾਜ ਜੀ ਦੇ ਚਿਹਰੇ ਦਾ ਅਤੇ ਪੰਜਾਂ ਪਿਆਰਿਆਂ ਦੇ ਰੂਹਾਨੀ ਚਿਹਰਿਆਂ ਦਾ ਜਲਾਲ
ਨੂਰ ਜਿਹੜਾ ਹੈ ਇਹ ਝੱਲਿਆ ਨਹੀਂ ਜਾਂਦਾ, ਇੱਕ ਤੱਕ ਕੋਈ ਦੇਖ ਨਹੀਂ ਸਕਦੇ, ਅਤੇ ਇੰਨੇ ਖੁਸ਼ ਪ੍ਰਸੰਨ ਕਿ ਜਿੰਨੀਆਂ ਬੁੱਝੀਆਂ ਹੋਈਆਂ ਰੂਹਾਂ ਜਿਹੜੀਆਂ ਡਰਪੋਕ ਸਨ, ਜਿਹੜੇ ਇਸ ਸਾਏ ਵਿੱਚ ਹੀ ਜੀਵਨ ਜੀ ਰਹੇ ਸੀ ਕਿ ਹਾਏ ਅਸੀਂ ਮਰ ਜਾਵਾਂਗੇ ਜੇ ਅਸੀਂ ਜਿਹੜੀ ਸਰਕਾਰ ਜ਼ੁਲਮ ਕਰਦੀ ਉਹਦੇ ਵਿਰੁੱਧ ਬਗਾਵਤ ਕੀਤੀ, ਸਾਡਾ ਕੀ ਬਣੇਗਾ, ਸਾਡੇ ਪਰਿਵਾਰ ਦਾ ਕੀ ਬਣੇਗਾ, ਸਾਰਿਆਂ ਦੇ ਅੰਦਰ ਇੱਕ ਇਹੋ ਹੀ ਲਹਿਰ ਜਿਵੇਂ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ ਇਵੇਂ ਉੱਠ ਰਹੀ ਸੀ ਕਿ ਮੈਂ ਹੁਣ ਆ ਜਾਵਾਂ, ਹੁਣ ਮਹਾਰਾਜ ਛੇਵਾਂ ਮੰਗਣ ਅਤੇ ਅਸੀਂ ਸ਼ਾਮਲ ਹੋਈਏ। ਲੇਕਿਨ ਉਹ ਤੇ ਪੱਤੇ ਖੁੱਲ ਚੁੱਕੇ ਸਨ ਨਾ, ਜਿਹੜੀ ਮਹਾਰਾਜ ਨੇ ਖੇਡ ਬੱਚੀ ਸੀ ਤੁਸੀਂ ਘਬਰਾਓ ਨਾ, ਅੰਮ੍ਰਿਤ ਦੀ ਦਾਤ ਹੁਣ ਤੁਸੀਂ ਇਹਨਾਂ ਕੋਲੋਂ ਛਕੋ, ਪੰਜਾਂ ਕੋਲੋਂ, ਜਿਹਨੇ ਕਿਹਾ ਖਾਲਸਾ ਰੂਪ ਤੇ ਕਿਹਾ ਇਹ ਨਹੀਂ, ਮਹਾਰਾਜ ਨੇ ਖੁਦ ਕੀਤਾ। ਆਓ ਫਿਰ ਅੱਗੇ ਆਓ, ਜਿਹੜੀ ਫਿਰ ਸੰਗਤ ਅੱਗੇ ਵਧੀ ਉਹਨਾਂ ਨੂੰ ਪੰਜਾਂ ਸਿੰਘਾਂ ਨੇ ਅੰਮ੍ਰਿਤ ਛਕਾਇਆ। ਲੇਕਿਨ ਉੱਥੇ ਫਿਰ ਹੁਣ ਸੀਸ ਵਾਰ ਵਾਰ ਨਹੀਂ ਸੀ ਲਏ ਜਾ ਰਹੇ, ਲੇਕਿਨ ਜਿਹੜੀ ਸੀਸ ਦੇ ਵਿੱਚ ਹੋਮੇ ਸੀ ਉਹ ਰਖਾਈ ਜਾ ਰਹੇ ਸਨ ਕਿ ਹੋਮੇ ਮੈਂ ਮੇਰੀ ਨੂੰ ਛੱਡ ਕੇ ਅਤੇ ਗੁਰੂ ਦੇ ਅਰਪਣ ਹੋ ਜਾਓ। ਅਤੇ ਦੱਸਦੇ ਨੇ ਕਿ ਪੰਜਾਂ ਤੋਂ ਬਾਅਦ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਫਿਰ ਉਹਨਾਂ ਨੇ ਅੱਗੋਂ, ਕਿਉਂਕਿ ਇੰਨੀ ਦੁਨੀਆਂ ਨੂੰ ਉੱਥੋਂ ਦੇ ਜਿਹੜੇ ਲਿਖਾਰੀ, ਜਿਹੜੇ ਸਰਕਾਰੀ ਰਿਪੋਰਟ 20,000 ਕਹਿੰਦੀ ਹੈ ਜੀ, ਅਤੇ ਗੁਰੂ ਕੇ ਸਿੰਘ ਦੀਆਂ ਜੋ ਲਿਖਤਾਂ ਹਨ ਉਹਨਾਂ ਵਿੱਚ 80,000 ਦਾ ਵਾ, ਕਈਆਂ ਨੇ 1,25,000 ਵੀ ਆਖਿਆ। ਇਹ ਇੰਨੀ ਗਿਣਤੀ ਜਿੱਥੋਂ ਤੱਕ ਮੇਰਾ ਆਪਣਾ ਅੰਦਾਜ਼ਾ ਵਾ ਜੀ, ਇਹ ਵਿਸਾਖੀ ਵਾਲੇ ਦਿਨ ਹੀ ਨਹੀਂ ਕੱਲੀ, ਕਿਉਂਕਿ ਅੰਮ੍ਰਿਤ ਰੋਜ਼ਾਨਾ ਹੀ ਸ਼ੁਰੂ ਹੋ ਗਿਆ ਵੀ ਉਹ ਪੌਲ ਖੰਡੇ ਧਾਰ, ਇਹ ਨਹੀਂ ਸੀ ਹੁਣ ਇਸੇ ਦਿਨ ਹੀ ਸਿਖਾਉਣਾ ਵਾ ਅਤੇ ਅਗਲੇ ਦਿਨ ਨਹੀਂ, ਸਵੇਰ ਤੋਂ ਲੈ ਕੇ ਦੱਸਦੇ ਨੇ ਸ਼ਾਮਾਂ ਤੱਕ ਇਹ ਗਿਣਤੀ 20,000 ਦੇ ਕਰੀਬ ਪਹੁੰਚ ਗਈ ਜੀ। ਅੰਮ੍ਰਿਤ ਦਾ ਸੰਚਾਰ ਜਿਵੇਂ ਮਹਾਰਾਜ ਨੇ 9-10 ਵਜੇ ਸ਼ੁਰੂ ਕੀਤਾ, ਉਸ ਤੋਂ ਬਾਅਦ ਜਿਹੜੇ ਸਕਦੇ ਰਹੇ ਨਾ ਵੱਡੀ ਗਿਣਤੀ 'ਚ। ਹੁਣ ਇੱਕ ਗੱਲ ਹੋਰ ਆ, ਕਈ ਵਾਰੀ ਕੋਈ ਸਵਾਲ ਕਰ ਸਕਦਾ ਕਿ ਇੰਨਾ ਉਹਨਾਂ ਦੇ ਕੋਲੋਂ ਸਿਸਟਮ ਕਿੱਥੋਂ ਸੀ? ਨਹੀਂ, ਕਈ ਕਈ ਸਿਰਫ ਸਵਾਲ ਕਰਨ ਵਾਲੇ ਹੁੰਦੇ, ਅੱਜ ਤਾਂ ਸਮਾਂ ਤਰਕ ਚ ਚੱਲ ਰਿਹਾ, ਤਰਕ ਦੇ ਤਰਕ ਵਾਲੇ ਜ਼ਿਆਦਾ ਨੇ, ਮਨ ਚ ਝਟ ਸਵਾਲ ਇਹ ਵੀ ਆ ਸਕਦਾ ਇੰਨੇ ਕੁ ਸ਼ਹਿਰੇ, ਇੰਨੀਆਂ ਕਿਰਪਾਨਾਂ, ਜੋ ਕਿਉਂਕਿ ਮਹਾਰਾਜ ਨੇ ਜਿੱਥੇ 5 ਸੀਸ ਲਏ ਨੇ ਉੱਥੇ ਨਾਲ ਮਹਾਰਾਜ ਨੇ 5 ਕਕਾਰ ਵੀ ਜੀ ਜ਼ਰੂਰੀ ਕੀਤੇ ਨੇ, ਨਾਲ ਜਿਹੜੇ 5 ਕੱਕੇ, ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ, ਉਸਦੇ ਨਾਲ 5 ਬਾਣੀਆਂ ਵੀ ਜੀ। ਕਿੰਨਾ ਸਿਸਟਮ ਮਹਾਰਾਜ ਨੇ ਪੰਜਾਂ ਦਾ ਜਿਹੜਾ ਵਾ ਇਹ ਬਖਸ਼ਿਆ ਖਾਲਸਾ, ਜਿੱਥੇ 5 ਬਾਣੀਆਂ ਕਹੀਆਂ ਨੇ, 5 ਜਿਹੜੇ ਹਨ ਪਿਆਰੇ ਸਾਜੇ ਨੇ ਤੇ 5 ਹੀ ਉਹਨਾਂ ਦੇ ਜਿਹੜੇ ਨੇ ਕਕਾਰ ਸਜਾਏ ਨੇ ਜੀ ਜੀ। ਵੈਸੇ ਕਕਾਰ ਜੋ ਬਾਹਰੀ ਹਨ ਉਹ ਤੇ ਤਕਰੀਬਨ 4 ਬਣਦੇ ਨੇ, 5ਵਾਂ ਕਕਾਰ ਉਹਨਾਂ ਦਾ ਜੋ ਕੇਸ ਕੇਸਕੀ ਹੈ ਜੀ, ਹਾਂਜੀ, ਇਹਦੀ ਸੰਭਾਲ ਕਰਨੀ। ਤੇ ਇੱਥੇ ਮੇਰੇ ਸਤਿਗੁਰੂ ਗਰੀਬ ਨਿਵਾਜ ਨੇ ਜੋ ਇਹ ਬਖਸ਼ਿਸ਼ ਕਰ ਦਿੱਤੀ, ਇਹਨਾਂ ਵਿੱਚ ਬਖਸ਼ਿਸ਼ ਤੋਂ ਬਾਅਦ ਜਿਹੜਾ ਜਿੰਨਾ ਜਿੰਨਾ ਦੇ ਬਖਸ਼ਾਂ ਹੁੰਦੀਆਂ ਗਈਆਂ, ਇਹ ਦੱਸ ਦਈਏ ਕਿ ਕਿਰਪਾਨ ਗੁਰੂ ਕੇ ਸਿੰਘ ਸਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਤੋਂ ਹੀ ਪਾਉਣੀ ਸ਼ੁਰੂ ਕਰ ਦਿੱਤੀ ਹੈ।
ਤੇ ਜਿਹੜੇ ਜੰਗ ਯੁੱਧ ਨੇ ਦਲੇਰੀ ਆ ਉਹਦੇ ਉਸ ਸਮੇਂ ਵੇਲੇ ਵੀ ਮਹਾਰਾਜ ਦੇ ਸਿੰਘਾਂ 'ਚ ਬਣੀ ਹੋਈ ਸੀ। ਫਿਰ ਅੱਗੋਂ ਵੀ ਚੱਲਦੀ ਰਹੀ, ਦਸਵੇਂ ਪਾਤਸ਼ਾਹ ਜੀ ਦੇ ਵੇਲੇ ਵੀ ਜਿੰਨੀਆਂ ਮਹਾਰਾਜ ਨੇ ਜੰਗਾਂ ਲੜੀਆਂ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ। ਕਿਉਂਕਿ ਜਿਹੜੀ ਅੰਮ੍ਰਿਤ ਛਕਣ ਦੀ ਵਿਚਾਰ ਆ ਰਹੀ ਹੈ ਇਹਦੇ ਸਾਰਾ ਹੀ 5 ਸਾਲ ਦਾ ਸਮਾਂ ਰਹਿੰਦਾ ਅਨੰਦਪੁਰ ਸਾਹਿਬ ਵਿਖੇ ਜੀ। ਸਹੀ ਗੱਲ, ਉਦੋਂ ਮਹਾਰਾਜ ਜੀ ਦਾ ਜਿਹੜਾ ਇਹ ਖਾਲਸਾ ਪੁੱਤਰ 5 ਸਾਲ ਦਾ ਵਾ ਜਦੋਂ ਬਾਪੂ ਅਨੰਦਪੁਰ ਸਾਹਿਬ ਨੂੰ ਛੱਡ ਜਾਂਦੇ ਨੇ, ਜੋ ਨਾਦੀ ਪੁੱਤਰ ਆ ਮਹਾਰਾਜ ਜੀ, ਜਿਹਨਾਂ ਨੂੰ ਮਹਾਰਾਜ ਨੇ ਆਪਣੇ ਪੁੱਤਰ ਕਿਹਾ, ਕਿੰਨਾ ਮਹਾਰਾਜ ਜੀ ਨੇ ਪਿਆਰ ਦੇ ਰਹੇ ਸਨ, ਪਿਆਰੇ ਵੀ ਕਹਿ ਰਹੇ ਸਨ, ਕਹਿ ਰਹੇ ਸਨ ਮੇਰੇ ਪੁੱਤਰ ਨੇ, ਇਹ ਮੇਰੇ ਪੁੱਤਰ ਨੇ। ਅਤੇ ਨਾਲ ਮਹਾਰਾਜ ਜੀ ਇਹ ਵੀ ਕਹਿ ਰਹੇ ਸਨ ਕਿ ਇਹਨਾਂ ਦੇ ਨਾਂ ਨਾਲ ਹੁਣ ਸਿੰਘ ਲੱਗੇਗਾ, ਜਿਹੜਾ ਵੀ ਕੋਈ ਹੋਏਗਾ ਉਹਦੇ ਨਾਂ ਨਾਲ ਸਿੰਘ ਲੱਗੇਗਾ, ਜਿਹੜੇ ਗੁਰੂ ਕੇ ਸਿੱਖਣੀ ਆ ਉਹਨਾਂ ਦੇ ਨਾਲ ਕੌਰ ਲੱਗਦਾ ਰਿਹਾ। ਇਹ ਅੰਮ੍ਰਿਤ ਦੀ ਦਾਤ ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਅਨੇਕਾਂ ਨੂੰ ਹੀ ਸੁਕਾਉਣਾ ਕੀਤੀ, ਜਿਹੜਾ ਵੀ ਆਵੇ। ਕਈਆਂ ਦੇ ਮਨ 'ਚ ਇਹ ਵੀ ਵਿਚਾਰਾਂ ਸਨ ਜਿੱਥੇ ਮੈਂ ਇਹ ਵਿਚਾਰ ਸਾਂਝੀ ਕੀਤੀ ਆ ਕਿ ਕਛਹਿਰਾ ਕੜਾ ਕੰਘਾ, ਕਿਉਂਕਿ ਕੰਘਾ ਮਹਾਰਾਜ ਜੀ ਇਹ ਆਪਣੇ ਕੋਲ ਸਬੂਤ ਮਿਲਦਾ ਕਿ ਪਹਿਲਾਂ ਹੀ ਲਾ ਰਹੇ ਸਨ, ਇਹ ਨਹੀਂ ਕਿ ਅੰਮ੍ਰਿਤ ਛਕਣ ਵੇਲੇ ਹੀ ਲਾਇਆ। ਦਸਵੇਂ ਪਾਤਸ਼ਾਹ ਜੀ ਦੇ ਕੇਸਾਂ 'ਚ ਕੰਘਾ ਪਹਿਲਾਂ ਦਾ ਵਾ, ਬਿਲਕੁਲ।